ਵਹਿਿਲ ਚੇਰ ਤੇ ਸ਼ਾਂਤ ਚਿੱਤ ਬੈਠੇ ਇਸ ਸਿੱਖ ਬਜ਼ੁਰਗ ਨੇ ਉਸ ਮਹਾਮਾਰੀ ਨੂੰ maat ਦਿੱਤੀ ਹੈ ਜੋ ਪੂਰੀ ਦੁਨੀਆ ਵਿੱਚ ਲਾਛਾਂ ਮਚਾ ਰਹੀ ਹੈ ਖਾਸ ਕਰ ਉਮਰਦਰਾਜ ਲੋਕਾਂ ਲਈ ਜਾਨਲੇਵਾ ਬਣੀ ਹੋਈ ਹੈ ਦਿੱਲੀ ਦੇ 86 ਸਾਲਾ ਸਰਦਾਰ ਧਰਮ ਸਿੰਘ ਜਦੋਂ ਕੋਵਿਡ ਮਹਾਮਾਰੀ ਨੂੰ ਧੋਬੀ ਪਟਕਾ ਮਾਰ ਵਾਪਸ ਬਿਰਧ ਆਸ਼ਰਮ ਪਹੁੰਚੇ ਤਾਂ ਉਹਨਾਂ ਦਾ ਸਵਾਗਤ ਕੁਝ ਸੰਦਾਜ ਵਿੱਚ ਹੋਇਆ ਵੈਗਰੂ ਦਾ ਜਾਪ ਕਰਦਿਆਂ ਫੁੱਲਾਂ ਦੀ ਵਰਖਾ ਕਰ ਉਹਨਾਂ ਨੂੰ ਜੀ ਆਇਆਂ ਕਿਹਾ ਗਿਆ ਕਰੋਨਾ ਤੇ ਉਹਨਾਂ ਦੀ ਜਿੱਤ ਨੇ ਉਮੀਦ ਦੀ ਇੱਕ ਨਵੀਂ ਕਿਰਨ ਜਗਾਈ ਹੈ ਕਿ ਜੇ ਮਨ ਮਜ਼ਬੂਤ ਹੋਵੇ ਇਰਾਦਾ ਹੋਵੇ ਵਹਿਗਰੂ ਵਿੱਚ ਸੱਚੀ ਸ਼ਰਧਾ ਹੋਵੇ ਤਾਂ ਕੁਝ ਵੀ ਅਸੰਭਵ ਨਹੀਂ ਸਭ ਰੋਗ ਦੂਰ ਹੋ ਜਾਣਗੇ ਦੁੱਖ ਨੇੜੇ ਨਹੀਂ ਆਉਣਗੇ ਇੱਕ ਪਾਸੇ ਜਿੱਥੇ ਮਹਾਮਾਰੀ ਬਜ਼ੁਰਗਾਂ ਲਈ ਸਭ ਤੋਂ ਘਾਤਕ ਮੰਨੀ ਜਾ ਰਹੀ ਹੈ ਤਾਂ ਇਸ ਉਮਰੇ ਇਸ ਸਿੱਖ ਬਜ਼ੁਰਗ ਨੇ ਇਸ ਮਹਾਮਾਰੀ ਨੂੰ ਹਰਾਉਂਦਿਆਂ ਡਾਕਟਰਾਂ ਨੂੰ ਵੀ ਹੈਰਾਨ ਕਰ ਦਿੱਤਾ ਹੈ ਸਰਦਾਰ ਧਰਮ ਸਿੰਘ ਪਿਛਲੇ 5 ਸਾਲਾਂ ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲਦੇ ਬਿਰਦ ਆਸ਼ਰਮ ਗੁਰੂ ਨਾਨਕ ਸੁਖਸ਼ਾਲਾ ਵਿਖੇ ਰਹਿੰਦੇ ਹਨ ਕਰੀਬ ਇੱਕ ਮਹੀਨਾ ਪਹਿਲਾਂ ਉਹਨਾਂ ਵਿੱਚ ਕਰੋਨਾ ਦੇ ਲੱਛਣ ਦਿਸਣ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਰੇਕ ਮਹੀਨੇ ਦੇ ਲੰਬੇ ਸੰਘਰਸ਼ ਦਰਮਿਆਨ ਉਹਨਾਂ ਨੇ ਕਰੋਨਾ ਦੇ ਫਤੇ ਪਾਈ ਉਹਨਾਂ ਦਾ ਕਹਿਣਾ ਹੈ ਕਿ ਇੱਕ ਰਿਸ਼ਮਾ ਬਾਲਾਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਹੋਇਆ ਹੈ ਉਹਨਾਂ ਦਾ ਇਲਾਜ ਕਰਦੇ ਡਾਕਟਰ ਮੁਤਾਬਕ ਸਰਦਾਰ ਧਰਮ ਸਿੰਘ ਦਾ ਪਰਮਾਤਮਾ ਤੇ ਡ੍ਰਿੜ ਵਿਸ਼ਵਾਸ ਹੈ ਅਤੇ ਉਹਨਾਂ ਦੀ ਮਜ਼ਬੂਤ ਇੱਛਾ ਸ਼ਕਤੀ ਅਤੇ ਵਹਿਗਰੂ ਤੇ ਟੇਕ ਰੱਖਣ ਵਾਲੀ ਸ਼ਖਸੀਅਤ ਦੇ ਸਾਹਮਣੇ ਇਹ ਜਾਨ ਲੈਵਾ ਮਹਾਮਾਰੀ ਵੀ ਗੋਡੇ ਟੇਕ ਗਈ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋਣਾ ਸ਼ੁਰੂ ਹੋਇਆ ਤਾਂ 1 ਮਹੀਨਾ ਦਾਖਲ ਰਹਿਣ ਤੋਂ ਬਾਅਦ ਸੇਤਜਾਬ ਹੋ ਵਾਪਸ ਪਰਤ ਆਏ ਸਰਦਾਰ ਧਰਮ ਸਿੰਘ ਨੇ ਸਾਬਤ ਕਰਿਖਾਇਆ ਹੈ ਕਿ ਇਹ ਤੁਹਾਡੀ ਪਰਮਾਤਮਾ ਵਿੱਚ ਸੱਚੀ ਸ਼ਰਧਾ ਹੈ ਆਸਤਾ ਹੈ ਤਾਂ ਕੋਈ ਵੀ ਮਹਾਮਾਰੀ ਤੁਹਾਡਾ ਵਾਲ ਵੀ ਵਿੰਗਾ ਨਹੀਂ ਕਰ ਸਕਦੀ ਅੱਜ ਉਹ 86 ਵਰਿਆਂ ਦੀ ਉਮਰ ਵਿੱਚ ਉਸ ਮਹਾਮਾਰੀ ਨੂੰ ਹਰਾ ਕੇ ਪਰਤੇ ਹਨ ਜੋ ਬਜ਼ੁਰਗਾਂ ਲਈ ਜਾਨਲੇਵਾ ਹੈ ਪਰ ਜੇ ਤੁਸੀਂ ਦ੍ਰਿੜ ਇਰਾਦੇ ਨਾਲ ਇਸ ਮਹਾਮਾਰੀ ਦਾ ਟਾਕਰਾ ਕਰੋ ਅਤੇ ਵਹਿਗਰੂ ਵਿੱਚ ਸੱਚੀ ਸ਼ਰਧਾ ਰੱਖੋ ਤਾਂ ਨਾਮ ਸਿਮਰਣ ਕਰਦਿਆਂ ਸਭ ਰੋਗ ਕੱਟੇ ਜਾ ਸਕਦੇ ਹਨ ਉਹ ਸਭ ਰੋਗਾਂ ਦਾ ਦਾਰੂ ਹੈ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ